ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਉੜਦੇ ਪੰਜਾਬ ਨੂੰ ਉੜਦਾ ਪੰਜਾਬ ਬਣਨ ਤੋਂ ਇੰਜ ਰੋਕੇਗੀ ਪੰਜਾਬ ਪੁਲਿਸ। ਇਹ ਤਸਵੀਰਾਂ ਬੜੀ ਤੇਜ਼ੀ ਨਾਲ ਗੁਰਦਾਸਪੁਰ ਤੋਂ ਵਾਇਰਲ ਹੋ ਰਹੀਆਂ ਨੇ। ਸਿਮਰਜੀਤ ਬੈਂਸ ਦੀ ਪਾਰਟੀ ਦੇ ਵਰਕਰਾਂ ਨੇ ਸਟਿੰਗ ਆਪਰੇਸ਼ਨ ਕੀਤਾ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਕਿਸੇ ਨੂੰ ਨਸ਼ੇ ਦੇ ਝੂਠੇ ਕੇਸ 'ਚ ਫਸਾਉਣ ਦੇ ਬਦਲੇ ਰਿਸ਼ਵਤ ਮੰਗ ਰਿਹਾ। ਇਹੀ ਨਹੀਂ, ਰਿਸ਼ਵਤ ਲੈ ਲਿੱਤੀ ਗਈ। ਤੁਸੀਂ ਮੌਕੇ ਦੇ ਉੱਤੇ ਇਸ ਵੀਡੀਓ ਨੂੰ ਆਪ ਹੀ ਦੇਖ ਲਵੋ ਕਿ ਕਿਸ ਤਰੀਕੇ ਦੇ ਨਾਲ ਰਿਸ਼ਵਤ ਦੇ ਪੈਸੇ ਵਾਪਸ ਵਸੂਲੇ ਗਏ ਅਤੇ ਬਣਾਈ ਗਈ ਪੂਰੀ ਮੂਵੀ। ਵੀਰ ਜੀ ਕੱਢੋ ਤੇ ਸਹੀ। ਕੋਈ ਗੱਲ ਨੀ ਭਾਜੀ, ਤੁਹਾਨੂੰ ਕੁਝ ਨੀ ਕਹਿਣਾ, ਫਿਕਰ ਨਾ ਕਰੋ ਤੁਸੀਂ। ਹਾਂ ਆਹ ਦੇਖੋ ਜੀ, ਆਹ ਨੋਟ ਜੇਬ ਚੋਂ ਕੱਢੇ ਜਾ ਰਹੇ ਨੇ। ਮੇਰੇ ਸਾਹਮਣੇ ਜਨਾਬ ਦੇ ਨੋਟ ਰੱਖਦਾ, ਆਹ ਦੇਖੋ ਜੀ। ਨੰਬਰ ਮਾਲਾ ਕਲੋਜ਼ ਕਰਕੇ ਤੁਹਾਨੂੰ ਦੱਸਦੇ ਆ। ਆਹ ਦੇਖੋ ਜੀ ਨੰਬਰ, ਇਹ ਆਹ ਦੇਖੋ, ਬੋਲ ਦੋ ਨੰਬਰ 1CL 2829। ਆਹ 500 ਵਾਲਾ ਉਹ ਨੋਟ ਜਿਹਦੀ ਕਾਪੀ ਸਾਡੇ ਕੋਲ ਪਈ ਆ, ਆਹ ਦੂਸਰਾ 500 ਦਾ ਉਹ ਨੋਟ ਜਿਹੜਾ ਹੈਗਾ ਜੀ 2MP 4405 06। ਇਹ ਦੋਵੇਂ ਨੋਟ ਇਹ ਵੀਰ ਜੀ ਜਿਹੜੇ ਮੇਰੇ ਖਿਆਲ, ਕਿੰਨੀ ਤਨਖਾਹ ਬਲਿੰਦਰ ਜੀ ਆਪਣੀ? 50,000 ਇਹਨਾਂ ਦੀ ਤਨਖਾਹ ਹੈ। ਅਤੇ ਇੱਕ ਜਿਹੜਾ ਗਰੀਬ ਬੰਦਾ ਜਿਹਦੇ, ਆਹ ਦੇਖਿਓ ਵੀ ਮਾੜੇ ਜਿਹੇ ਹਾਲਾਤ, ਘਰ ਦੇ ਹਾਲਾਤ ਵੇਖਣ ਵਾਲੇ ਆ, ਦਰਵਾਜ਼ਾ ਇਹਨਾਂ ਦਾ ਅਜੇ ਹੈ ਨਹੀਂ। ਬਸ ਇਹੀ ਕਿ ਇੰਨੇ ਕੁ ਪੈਸਿਆਂ ਦੇ ਲਈ ਜਿਹੜਾ ਤੁਸੀਂ ਉਸ ਬੰਦੇ ਦੇ ਨਜਾਇਜ਼ ਪਰਚੇ ਪਾਏ, ਪੂਰੀ ਜ਼ਿੰਦਗੀ ਬਰਬਾਦ ਕੀਤੀ। ਹੁਣ ਇੱਥੋਂ ਤੱਕ ਉਹਨੇ ਟਲੇ, ਇੱਥੇ ਆ ਗਏ ਕਿ ਅੱਜ ਫਿਰ ਆਪਾਂ ਜਿਹੜਾ ਵਾ ਉਹ ਵੈਲ ਸਾਹਿਬ ਘਰ ਤੱਕ ਪਹੁੰਚ ਗਿਆ। ਹਾਂ, ਇਹ ਵੀਰ ਜੀ ਨੇ ਵੈਲ ਸਾਹਿਬ ਨੂੰ ਅਪਰੋਚ ਕੀਤੀ, ਉਹਨਾਂ ਨੇ ਸਾਡੀ ਡਿਊਟੀ ਲਾਈ ਟੀਮ ਦੀ। ਵੈਸੇ ਤੇ ਕਰਪਸ਼ਨ ਜਿਹੜੀ ਹੈ ਨਾ ਉਹ ਤੁਹਾਡੇ ਦਿਮਾਗਾਂ 'ਚ ਬੜੀ ਹੈ। ਮੈਂ ਨਹੀਂ ਕਹਿੰਦਾ ਕਿ ਤੁਹਾਡੇ ਪੁਲਿਸ ਡਿਪਾਰਟਮੈਂਟ 'ਚ ਸਾਰੇ ਇੱਕ ਨੇ, ਪਰ ਤੁਸੀਂ ਮੰਨ ਗਏ ਹੋ ਜਾਂ ਤੁਸੀਂ ਮੰਨਦੇ ਪਏ ਹੋ ਕਿਸੇ ਵੀ ਚੀਜ਼ ਦੇ ਤੁਸੀਂ ਪੈਸੇ ਲਏ। ਮੈਂ ਕਿਹੜੇ ਕੋਲ ਮੰਗਦਾ ਪੁੱਛੇ, ਮੈਨੂੰ ਤਕਰੀਬਨ 8 ਸਾਲ ਦਾ ਅਰਸਾ ਹੋ ਚੱਲਿਆ। ਮੈਂ ਐਡਵੋਕੇਟ ਦੇ ਤੌਰ 'ਤੇ ਗੁਰਦਾਸਪੁਰ ਕੰਮ ਕਰਦਾ, 203 ਨੰਬਰ ਮੇਰਾ ਚੈਂਬਰ ਹੈ, ਮੈਂ ਆਪਣੇ ਪਰ ਦੱਸਦਾ। ਹੁਣ ਤੁਸੀਂ ਦੱਸਿਓ ਜੀ, ਬਲਵਿੰਦਰ ਸਿੰਘ ਜੀ ਬੈਡ ਨੰਬਰ ਦੱਸਿਓ ਜੀ, ਇੱਕ ਮਿੰਟ ਆਪਣਾ ਬੈਡ ਨੰਬਰ ਦੱਸਿਓ। ਹਾਂਜੀ, 16 17 ਬਟਾਲਾ 16 17 ਇਹਨਾਂ ਦਾ ਜਿਹੜਾ ਹੈ ਬੈਡ ਨੰਬਰ ਹੈ। ਅਤੇ ਪੋਸਟਿੰਗ ਹੈਗੀ ਜੀ ਇਹਨਾਂ ਦੀ, ਪੋਸਟਿੰਗ ਦੱਸ ਦਿਓ ਜੀ ਆਪਣੇ ਕੋਲ। ਫਤਿਹਗੜ੍ਹ ਚੂੜੀਆਂ ਜੀ ਥਾਣਾ ASI ਸਾਹਿਬ ਨੇ ਫਤਿਹਗੜ੍ਹ ਚੂੜੀਆਂ ਥਾਣਾ ਪੋਸਟਿੰਗ ਲੱਗੀ ਹੈ। ਅਤੇ ਮੁਰਗਾ ਮਿਲਿਆ ਸੀ ਉਹਨਾਂ ਨੂੰ, ਪਰ ਚਲੋ ਕੁਦਰਤ ਦੇ ਖੇਡ ਨੇ। ਚੌਂਕੀਆਂ ਬਣ ਜਾਂਦੀਆਂ ਮੇਰੇ ਘਰ ਦੀ ਉਹ ਦੁਰਦਸ਼ਾ ਹੋ ਗਈ ਸੀ ਇੱਕ ਮੇਰੇ ਬੱਚੇ ਸਾਹਮਣੇ ਪਏ ਹੋਏ ਦੱਕਾ ਮਾਰ ਕੇ ਪਏ ਇੱਥੋਂ ਦਾ ਪੁਲਿਸ ਮੁਲਤਮਲੀ ਤੋਂ ਆਉਂਦਾ ਸੀ। ਕਰਨੈਲ ਸਿੰਘ ਉਹਨੇ ਆਣ ਕੇ ਘਰ ਮੇਰੇ ਦਬਕੇ ਮਾਰੇ, ਇੱਥੇ ਨੂੰ ਪਾੜ ਦਾਂਗੇ, ਤੈਨੂੰ ਫੜ ਕੇ ਤੂੰ ਨਸ਼ਾ ਕਰ ਦਿਆਂਗੇ, ਫਲਾਣ ਕੀ ਕਰਨਾ, ਢੀਂਗ ਕਰਨਾ। ਉਹਨੇ ਆਣ ਕੇ ਮੇਰੇ ਬੱਚਿਆਂ ਨੂੰ ਦਬਕੇ ਮਾਰੇ, ਮੈਂ 3 ਦਿਨ ਬੱਚੇ ਨੂੰ ਦਵਾਈ ਦਊਂਗਾ। ਮੇਰੇ ਬੱ